ਉਸਤਾਦ ਜੀ ਮੈਨੂੰ ਮਾਫ ਕਰ ਦੇਣਾ ਉਂਗਲ ਕੱਢਣੀ ਪੈਣੀ ਜੇ ਦਿੱਤੇ ਕਿੱਥੇ ਸੀ ਹਾਂਜੀ ਦਿੱਤੇ ਕਿੱਥੇ ਸੀ ਮਹਿਸੂਸ ਕਰੋ ਟੂਟੀ ਚ ਇੱਕ ਤੇ ਮਿਊਜ਼ਿਕ ਚੱਲੇ ਤੇ ਮੈਂ ਸਾਰਾ ਕੁਝ ਭੁੱਲ ਜਾਨੀ ਆ ਹਾਂ ਇਹ ਤੁਹਾਡੀ ਗਲੀ ਚ ਨਹੀਂ ਰਹਿੰਦੇ ਮਤਲਬ ਹਾਂ ਹਾਂ ਉਹਨਾਂ ਦੇ ਮੁੰਡੇ ਇਹਨੇ ਬਦਤਮੀਜ਼ ਦੇ ਇਹਨੇ ਬਦਤਮੀਜ਼ ਦੇ ਸਭ ਛੇੜੇ ਤਾਂ ਤੁਹਾਡੇ ਘਰ ਦਾ ਮੋਖ ਖੁੱਲਾ ਸੀ ਖੁੱਲਾ ਵੇਖ ਕੇ ਮੈਂ ਅੰਦਰ ਆ ਗਈ ਉਹ ਕਬਰਾ ਉਹਨਾਂ ਤੁਸੀਂ ਰੰਧਾਵੇ ਦੇ ਪੈਰੇ ਜਾ ਕੇ ਨਹੀਂ ਡਰਨਾ ਉਧਰ ਆਓ ਬੈਠੋ ਅੱਛਾ ਹਾਂ ਜੀ ਤੁਸੀਂ ਇਕੱਲੇ ਹੀ ਹੋ ਨਹੀਂ ਨਹੀਂ ਮੇਰੀ ਸਹੇਲੀ ਵੀ ਹੈ ਨਾਲ ਸਹੇਲੀ ਤੁਹਾਡੀ ਨਾਲ ਹੈ ਹਾਂ ਤੇ ਬੁਲਾਓ ਨਾ ਬੁਲਾਵਾ ਬੁਲਾ ਲਓ ਮੈਨੂੰ ਕੀ ਚਾਹੀਦਾ ਚੋਪੜੀਆਂ ਤੇ ਉਹ ਵੀ ਦੋ ਦੋ ਹੈ ਕਿੱਥੋਂ ਆ ਰਹੇ ਹੋ वो ना हम लोग गए हुए थे फंक्शन करने ना अच्छा, अच्छा तो वहाँ पर सारे लोग ड्रंक हो गए हम लोग वहाँ से भागे फिर हाँ जी एक कराची की डांसर है मेरे लोग पत्तों की दी हुए मेरे बस ठीक है उर्दू गाने ने डांस कर लिए कोई गल नहीं जो हो जाए सी तमाश भी ना इंशाल्लाह दाल सेवियां तो भी करेगी फिर ना हम कोई के पीछे छुप गए अच्छा, अच्छा। आप भी घर का दरवाजा खुला हुआ देखा तो हम लोग अंदर आ गए और छोकर करो मलका को बाज के आ गया मलक साहब तोबा 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 70 मलक देसी शराब ते एक तंबू ते हाला ला 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 मलक ते चुंडी भी ओथे वड़दे जिथे बंदा मार ना सके जी तन्नू किवें पता है एक फंक्शन करवाया सी इधर आओ बैठो तड़का रे छोर को ने कोड़े ने जेड़ा जेड़ा चाहिदा कड्डी जांदे उस्ताद जी ਸਾਜੀ ਬਾਹਰ ਆਓ ਤੁਹਾਡੀਆਂ ਕਸਰਾਂ ਆਈਆਂ ਜੇ ਸਾਜੀ ਬਾਹਰ ਆਓ ਅੱਲਾਹੁ ਅਕਬਰ ਤੇਲ ਕੱਢਣ ਵਾਲੀਆਂ ਵੀ ਆ ਗਈਆਂ ਉਧਰੋਂ ਨਿਕਲਣਾ ਇਹਨਾਂ ਨੇ ਲੈ ਜਾਣਾ ਪਤਾ ਕੀ ਤੁਹਾਡੀ ਗਲੀ ਚ ਜਿਹੜੇ ਮਲਕ ਰਹਿੰਦੇ ਨੇ ਨਾ ਉਹਨਾਂ ਦੇ ਮੁੰਡੇ ਸਾਨੂੰ ਛੇੜ ਸਨ ਤੁਹਾਡੇ ਘਰ ਦਾ ਬੂਹਾ ਖੁੱਲਾ ਸੀ ਖੁੱਲਾ ਵੇਖ ਕੇ ਮੈਂ ਅੰਦਰ ਆ ਗਈ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਤੁਹਾਡੇ ਘਰ ਦੇ ਅੰਦਰ ਆ ਜਾ ਇਸ ਤੋਂ ਜ਼ਿਆਦਾ ਕਿਹੜੇ ਅੰਦਰ ਆਣਾ ਹੁਣ ਪਿਛਲੇ ਅੰਦਰ ਆ ਜਾ ਉਸਤਾਦ ਜੀ ਸਾਹਿਬ ਜੀ ਪਿਛਲੇ ਅੰਦਰ ਵਾਲਾ ਕੇਸ ਨੇ ਨੂੰ ਢਾਰੇ ਦਾ ਚੱਕਰ ਲਵਾਈਏ ਉਤਰ ਬਸ ਕਰ ਸ਼ੋਹੀ ਨਹੀਂ ਕਰਨੀ ਹੈ ਕਰ ਜੀ ਕਿਤੇ ਚੋਰੀ ਕਰਕੇ ਤੇ ਨਹੀਂ ਦੌੜੀ ਹਾਏ ਅੱਲਾ ਮਾਫ ਕਰੇ ਸੀ ਇਹ ਸ਼ਰੀਫ ਬੱਚੀਆਂ ਸ਼ਰੀਫ ਬੱਚੀਆਂ ਜੀ ਜੀ ਚੁੰਨੀ ਲੱਗ ਨੱਚਦੀਆਂ ਨਹੀਂ ਨਹੀਂ ਖੁਦਾਰਾ ਆਪ ਹਮਾਰਾ ਯਕੀਨ ਕਰੀ ਹਮ ਚੋਰ ਨਹੀਂ ਹੈ ਬੜੀਆਂ ਸ਼ਰੀਫ ਕੁੜੀਆਂ ਸਾਹਿਬ ਅਰਬੀ ਗਾਣੇ ਤੇ ਵੀ ਡਾਂਸ ਕਰਦੀ ਅਰਬੀ ਗਾਣੇ ਤੇ ਨੱਚਦੀ ਮੈਂ ਸਦਕੇ ਚਲਾ ਐ ਸ਼ਰੀਫ ਕੁੜੀਆਂ ਨੇ ਉਸਤਾਦ ਜੀ ਤੇਲ ਨਿਕਲਿਆ ਤੇ ਹਰ ਸ਼ੈ ਹੀ ਨਿਕਲਾਈ ਮੈਨੂੰ ਨਹੀਂ ਸਮਝ ਆਈ ਦੋਵੇਂ ਭਰਾ ਆਂਦੇ ਪੈਰਾਂ 'ਚ ਬਹਿ ਗਏ ਤੁਹਾਡੇ ਮੁਰਸ਼ਦ ਦੀਆਂ ਧੀਆਂ ਨਿਕਲਾਈਆਂ ਨੇ ਓਏ ਓਏ ਰੰਧਾਵਿਆ ਤੂੰ ਹੌਲੀ ਹੌਲੀ ਬੜੀਆਂ ਗੱਲਾਂ ਸਿੱਖ ਗਏ ਸਾਡੇ ਕੋਲੋਂ ਠੀਕ ਹੈ ਸਾਜੀ ਉਸਤਾਦ ਜੀ ਕੁਝ ਮੰਗਾ ਕੀ ਕਰਦੇ ਹੋ ਹਾਂਜੀ ਕੰਮ ਕੀ ਕਰਦੇ ਹੋ ਪਹਿਲੇ ਕਰਨੇ ਸਾਜੀ ਵਿਆਹਾਂ ਦਾ ਕੰਮ ਅੱਛਾ ਹਾਂ ਬਰਾਤਾਂ ਤੇ ਜਾਈਦਾ ਸੀ ਲਾੜਿਆਂ ਨੂੰ ਦੇਈ ਦੀਆਂ ਸੀ ਦੁਆਵਾਂ ਉਹ ਤੇ ਗੋਲੀ ਚੱਲ ਗਈ ਮੇਰੇ ਭਰਾ ਦੀ ਸ਼ਲਵਾਰ 'ਚ ਵੱਜੀ ਲੇਕਿਨ ਤੁਸੀਂ ਫਿਕਰ ਨਾ ਕਰੋ ਨੁਕਸਾਨ ਕੋਈ ਨਹੀਂ ਸੀ ਹੋਇਆ ਗਿੱਟੇ ਕੋਲੋਂ ਲੰਘ ਗਈ ਗੋਲੀ ਜੋ ਹੋਈ ਗੋਲੀ ਲੱਗਣੀ ਅੱਛਾ ਇਹਦਾ ਮਤਲਬ ਤੁਸੀਂ ਮਰਾਸੀ ਸੋ ਮਰਾਸੀ ਸਾਂ ਹੁਣ ਨਹੀਂ ਨਹੀਂ ਮਰਾਸੀ ਸਾਂ ਹੁਣ ਤੇ 84 84 ਹੋ ਗਏ ਅੱਛਾ ਉਹ 87 88 ਦੇ ਹੋਏ ਆਪ ਲੋਕ ਫੰਕਸ਼ਨ ਕਰਦੇ ਥੇ ਜੀ ਪਹਿਲੇ ਫੰਕਸ਼ਨ ਕਰਨੇ ਸਾਂ ਹੁਣ ਨਹੀਂ ਕਰਦੇ ਅੱਛਾ ਹਾਂਜੀ ਹੁਣ ਸਾਡਾ ਤੇਲ ਨਿਕਲ ਆਇਆ ਕੀ ਸਾਡਾ ਤੇਲ ਨਿਕਲਿਆ ਨਾ ਤੁਹਾਡਾ ਫੇਰ ਤੁਸੀਂ ਕਿਸ ਕੰਮ ਦੇ ਹੋ ਨਹੀਂ ਮਰਦੀ ਨਹੀਂ ਐਡੀ ਵੀ ਕੋਈ ਗੱਲ ਨਹੀਂ ਮਹਿਮਾਨਾਂ ਸਿਰ ਰੱਖਿਆ ਹੁੰਦਾ ਕਿਸੇ ਦਾ ਕੋਈ ਸਕੂਟਰ ਹੀ ਖਰਾਬ ਹੋ ਜਾਂਦਾ ਬਹੁਤ ਚਲਾ ਗਿਆ ਇਹ ਤੁਸੀਂ ਮੇਰੇ ਉਸਤਾਦਾਂ ਨੂੰ ਗਲਤ ਗੱਲ ਕੀਤੀ ਮੈਂ ਤੁਹਾਨੂੰ ਦੱਸਾਂ ਇਹ ਗੱਲ ਸੁਣ ਕੇ ਰੰਧਾਵੇ ਦਾ ਡੀਜ਼ਲ ਜੋਸ਼ ਮਾਰਨ ਲੱਗ ਪਿਆ ਓਏ ਉਹਨਾਂ ਨੂੰ ਕੁਝ ਖੋਇਆ ਪਿਆ ਕਿ ਨਹੀਂ ਪੁੱਛੋ ਉਸਤਾਦ ਜੀ ਜਾਂ ਪੁੱਤਰ ਬੋਤਲਾਂ ਲੈ ਕੇ ਜਾ ਕੇ ਦੋ ਕਿਹੜੀਆਂ ਦੋ ਠਾਂ ਠਾਂ ਨਹੀਂ ਤੇ ਇੱਕ 600 ਵਾਲੀ ਫੜ ਜਾ ਸਤਾਜੀ ਹਾਂਜੀ ਵੱਡੇ ਸਤਾਜੀ ਸਹੀ ਕਹਿੰਦੇ 600 ਵਾਲੀ ਬੋਤਲ ਮੰਗਾਓ ਪਰਚਾ ਰੰਧਾਵਾ ਸਹਿਗਾ ਵੇਖੀ ਜਾਏਗੀ ਚੱਲ ਪੁੱਤਰ ਬੋਤਲਾਂ ਲੈ ਕੇ ਚੱਲ ਸ਼ਾਬਾਸ਼ ਜਾ ਬੋਤਲਾਂ ਲੈ ਕੇ ਅੱਛਾ ਜੀ ਗੱਲ ਸੁਣੋ ਮੈਂ ਹੁਣ ਤੁਹਾਡੇ ਪੈਰਾਂ 'ਚ ਨਹੀਂ ਜੀ ਉੱਠ ਹਾਂ ਇੱਥੇ ਹੀ ਰਹੀ ਇੱਥੇ ਹੀ ਤੇਰੀ ਜੰਨਤ ਹੀ ਹਾਂ ਨਾ ਕੋ ਬਤਾਓ ਨਾ ਹਮ ਕੀ ਕਰਦੇ ਹਾਂ ਤੁਸੀਂ ਕੀ ਕਰਦੀ ਹੋ ਹਮ ਨਾ ਫੰਕਸ਼ਨਾਂ ਵਿੱਚ ਡਾਂਸ ਕਰਦੇ ਹਾਂ ਮੈਂ ਸਦਕੇ ਜਾਵਾਂ ਹੁਣ ਛੱਡੋ ਟਕੇ ਟਕੇ ਤੇ ਨੱਚਣਾ ਅੱਛਾ ਹੁਣ ਇਕੱਠੇ ਤੇ ਨੱਚੋ ਕੀ ਮਤਲਬ ਸਾਡਾ ਨਿਕਲ ਆਇਆ ਤੇਲ ਤੇ ਜ਼ਿੰਦਗੀ ਨੂੰ ਕਰੋ ਇੰਜੋਏ ਕਿਵੇਂ ਕਿਵੇਂ ਕਰੀਦਾ ਹੁੰਦਾ ਅਸੀਂ ਕਹਿੰਦੇ ਆ ਨਾ ਕਿ ਸਾਡਾ ਜੀ ਤੇਲ ਨਿਕਲ ਆਇਆ ਤੇ ਜੇ ਕਿ ਨਾ ਨਿਕਲ ਜਾਵੇ ਹੁਣ ਤਾਂ ਆ ਕੇ ਭਰ ਭਰ ਕੇ ਵੇਚੀ ਆ ਵੀ ਸਾਡੇ ਬੋਰ ਦੀਆਂ ਮਾਲਕ ਹੋ ਜਾਓ ਮੇਰਾ ਖਿਆਲ ਹੈ ਤੁਸੀਂ ਮਜ਼ਾਕ ਕਰ ਰਹੇ ਹੋ ਸਾਡਾ ਕਾਦ ਨਹੀਂ ਮਜ਼ਾਕ ਅਸੀਂ ਤੇਲ ਅਰਬ ਵਿੱਚ ਨਿਕਲਦਾ ਇਹ ਸਾਡਾ ਸਮਝ ਲਓ ਅਰਬੀ ਹੈ ਅਸੀਂ ਬੜੀ ਅਰਬੀ ਬੋਲੀ ਹੁੰਦੇ ਬੈਠ ਐ ਹੁਣੇ ਪੈਸੇ ਆ ਲੈਂਦੇ ਹੋ ਬਸ ਨਾਮ ਨਹੀਂ ਬਤਾਇਆ ਆਪਨੇ ਆਪਣਾ ਜੀ ਮੇਰਾ ਨਾਮ ਜੀ ਮੇਰਾ ਨਾਮ ਜੀ ਉਸਤਾਦ ਸ਼ੋਕੂ ਸ਼ੋਕੂ ਇਹ ਕੀ ਨਾਮ ਹੋ ਓ ਮੈਂ ਮਰ ਗਿਆ ਜੀ ਦੋ ਲਾਇਆ ਕੁੱਤੇ ਦਾ ਪੁੱਤਰ
ਬਾਜੀ ਮੁਬਾਰਕ ਹੋਵੇ ਸਾਡੇ 12000 ਦਾ ਕੈਨ ਵੇਖਿਆ ਜੇ ਲਾਂਤੀਆ ਸਾਡਾ ਤੇਲ ਕੀ ਨਿਕਲਿਆ ਪੁਰਾਣੇ ਪੀਪੇ ਚੁੱਕੇ ਜਾਂਦਾ ਖਾਨਾ ਖਰਾਬ ਡੇਟ ਐਕਸਪਾਇਰ ਔਰਤ ਚਲੋ ਖਾਨਾ ਖਰਾਬ ਤੁਹਾਡਾ ਜਾਲੇ ਲੱਗੀਆਂ ਔਰਤ ਕਿਤਨੀ ਆਲਾ ਬਾਤ ਕੀ ਬੇਟੇ 100 ਰੁਪਿਆ ਦੇ ਦੋ ਤੁਹਾਡੀ ਨਜ਼ਰ ਇਹ ਪੇਮੈਂਟ ਨਹੀਂ ਹੈ ਨਜ਼ਰ ਕੰਮ ਦੰਦ ਵਿਖਾਈ ਮਰਾ ਖਾਧਾ ਮੋਟੂ ਦੰਦ ਵਿਖਾਣਾ ਬੋਤਲ ਜਾਂਦੀ ਇੱਥੋਂ ਨਜ਼ਰ ਆਉਂਦੀ 18 ਕੁਲਚੇ ਖਾਂਦੀ ਪਤਾ ਨੀ ਲੱਗਣਾ ਧੱਕੇ ਨਾਲ ਹੀ ਘੋੜੇ ਨਾ ਖਾ ਲੈ ਜਰਾ ਉੱਠਣਾ ਜਰਾ ਬੈਠਣਾ ਹਾਏ ਹਾਏ ਲੱਗ ਰਿਹਾ ਜਲੇਬੀਆਂ ਨਿਕਲਣ ਡਈਆਂ ਜਰਾ ਤੁਸੀਂ ਬੈਠਣਾ ਪੱਠਾ ਹੀ ਬਹਿ ਗਿਆ ਬੇਟਾ ਜਾਓ ਇਹਨਾਂ ਦੇ ਦਿਮਾਗ ਨੂੰ ਪੈਟਰੋਲ ਚੜ ਗਏ ਇਹਨਾਂ ਦੇ ਦਿਮਾਗ ਨੂੰ ਅੱਗ ਵੀ ਲਾ ਦੇ ਲਾ ਅੱਗ ਲਾ ਦੇ ਏਡਾ ਤੇਰਾ ਪਿਓ ਬਾਂਦਰ ਆ ਗਾਉਣ ਆ ਛੋਟੀਆਂ ਜੀਆਂ ਹਾਏ ਕਹਿਣ ਕੌਣ ਦੇ ਪਾਟਾ ਡਰਮ ਹਾਏ ਹਾਏ ਕਿਤਨੀ ਆਲੀ ਬਾਤ ਦੀ ਗੱਲ ਇਹ ਵੇ ਕੇ ਅਸੀਂ ਹੋ ਗਏ ਆ ਹੁਣ ਅਰਬੀ ਅੱਛਾ ਜੋ ਮਰਜ਼ੀ ਕਰੀਏ ਬੇਟੇ ਤੂੰ ਅਰਬੀ ਨਹੀਂ ਤੂੰ ਬਤਾਊਂ ਮੈਂ ਚਲੋ ਜੋ ਵੀ ਆ ਮੁੰਡੇ ਸਾਹਿਬ ਮੈਂ ਕਿਆ ਬਤਾਊਂ ਅਬ ਹਮ ਕਿਆ ਹੋ ਗਏ ਸਾਹਿਬ ਕਰ ਕਿੰਨੇ ਪੈਸੇ ਰੋਜ਼ ਦੇ ਆਉਂਦੇ ਪੁੱਤਰ ਹਾਂਜੀ ਜਰਾ ਹਿਸਾਬ ਲਾ ਕੇ ਦੱਸ ਕੇ ਰੋਜ਼ਾਨਾ ਦੀ ਕਿਤਨੀ ਆਮਦਨੀ ਹੋ ਗਈ ਇਹ ਕਹਿਣ ਉਸਤਾਦ ਜੀ 5 ਲੀਟਰ ਦਾ ਤੇ ਰੋਜ਼ ਦੇ ਕਹਿਣ 5 ਉਹ ਉਸਤਾਦ ਜੀ 2 ਲੱਖ ਰੁਪਈਆ ਰੋਜ਼ ਦਾ ਅੱਲਾਹ ਹਾਂਜੀ ਇਹ ਨਹੀਂ ਜਾਂਦੀਆਂ ਇਹ ਤੇ ਮਾਮੂਲੀ ਜੀ ਦੁਕਾਨ ਹੋਵੇ ਨਹੀਂ ਜਾਣ ਛੱਡਦੀ ਉਹ ਤੁਹਾਡਾ ਭਲਾ ਹੋ ਜਾਏ
2 lakh ਰੋਜ਼ਾਨਾ ਦਾ 2 ਲੱਖ ਰੋਜ਼ਾਨਾ ਦਾ ਮਹੀਨੇ ਦਾ ਹਿਸਾਬ ਕਰ ਰੋਜ਼ਾਨਾ ਦਾ ਸਪੈਲ ਦਾ ਨਹੀਂ 2 ਲੱਖ ਰੋਜ਼ਾਨਾ ਦਾ 2 ਲੱਖ ਤੇ ਫਿਰ ਮਹੀਨੇ ਦਾ ਹਿਸਾਬ ਲਾ ਦੇ ਮਹੀਨੇ ਦਾ ਉਸਤਾਦ ਜੀ ਬਣਿਆ 2 ਲੱਖ ਰੋਜ਼ ਦਾ ਮਹੀਨਾ 30 ਦਿਨਾਂ ਦਾ 30 ਦੁਣਾ 60 ਭਾਈ 60 ਲੱਖ ਰੁਪਈਆ 60 ਲੱਖ ਇਹ ਵੀ ਨਾ ਗਈਆਂ ਤੇ ਅਸੀਂ ਵੀ ਗਏ ਹਾਏ ਹਾਏ ਉਸਤਾਦ ਜੀ 60 ਲੱਖ ਚੋਂ 25-26 ਸਾਨੂੰ ਮਿਲ ਗਿਆ ਕਰੇਗਾ ਹਾਂ ਮਿਲ ਗਿਆ ਕਰੇਗਾ ਚਲੋ ਠੀਕ ਹੈ ਫਿਰ ਅਸੀਂ ਸਤਾਨੀਆਂ ਬਸਾ ਲਾਂ ਹਾਂ ਐ ਰਿਧਾਵਿਆ ਦਫਾ ਜਾ ਇਥਾ ਪਤਾ ਹੈ जब से मुझे पता चला आप इतने पैसे कमाते हैं मुझे आपसे प्यार हो गया ये तो एक मिनट लगता है करी पैसा तो निकले सही ਤੁਸੀਂ ਨਹੀਂ ਵੇਖ ਲਿਆ ਬੰਦਾ ਕਿਹੋ ਜਿਹਾ ਮੇਰੇ ਭਰਾ ਲਈ ਵੇਖ ਲਓ ਅੱਜ ਗਾ ਸੁਣਾ ਮਾਸ਼ਾਅੱਲਾ ਮੇਰੇ ਉਸਤਾਦ ਕੋਲ ਬੈਠੇ ਆੜਤੀ ਲੱਗਣ ਡਏ ਨੇ ਤੇ ਪੁੱਤ ਤੂੰ ਕਿਹੜਾ ਬੁਰਾ ਲੱਗਣ ਡਿਆ ਤੂੰ ਵੀ ਤੇ ਮਾਲ ਲੈ ਕੇ ਆਇਆ ਨਹੀਂ ਉਸਤਾਦ ਜੀ ਮੈਂ ਪੈਸੇ ਚ ਤਾਕਤ ਹੀ ਬੜੀ ਹੈ ਹਾਂ ਮੇਰੇ ਕੋਲ ਪੈਸਾ ਹੋਵੇ ਇਹਨਾਂ ਨੂੰ ਮੈਂ ਹੀ ਸ਼ਾਹਰੁਖ ਲੱਗਣ ਲੱਗ ਪੈਣਾ ਪੈਸੇ ਵਿੱਚ ਕੋਈ ਤਾਕਤ ਨਹੀਂ ਹੈ जो कुछ भी हो रहा है दुनिया में औरत की वजह से हो रहा है की मतलब दुनिया ते जिन्ने झगड़े होंडे औरत दी वजह तो बिल्कुल नहीं गलत गल है ता दुनिया ते जिन्ने झगड़े होंडे ने पेट्रोल दी वजह तो होंडे ने कैसे वरना सदाम ने बुश दी भैन नु नहीं छेड़या हां ये तो मुझे पता ही नहीं था है ना हां हां जी अच्छा गाना यार एंजॉय का तो करना है अपनी फोटो वाला नोट छाप के पिंडा च चलाता आपको अपने कमरे के जाले दिखाऊं ठीक है मुझे बताएं और कितने पैसे कमा ले आप 60 लाख रुपया तो हो गया महीने का अच्छा उसको कर ले साल के साथ मैं आपको ना जर्मनी सेट बाजा इस किस्म का उस्ताद जी खाना पीना की रंधावे आ ए रंधावी नहीं ये आपा बाबरा रीमा भी बहुत कुछ सी हुण अल दूसरी शादी मेनू इजाजत दे हाय मैं तो रगड़ रगड़ के मार दे